वाहगुरु जी का खालसा वाहगुरु जी की फतेह। सो सामने तुसीं देख सकते हो गुरु के लंगरां दे विच पकौड़ियां दी सेवा चल रही है। इधर सामने पासे पकौड़े वरताए जा रहे हैं ते पूरे अनुशासन दे नाल गुरु कियां संगतां दिल्ली दे लोक बड़े प्यार ते सत्कार दे नाल एक गुरु के लंगर छकते हुए। तो गुरु के संगतां इत्थे वक्ख वक्ख तरह के लंगर चाह पकौड़े दवाइयां दे लंगर हर तरह के लंगर जिहड़े आ उह इत्थे इस दिल्ली के धरने के उत्ते जिहड़े आ उह चल रहे आ। महाराज की धन धन साहिब श्री गुरु नानक देव जी दे महाराज जी दे जिहड़े 20 रुपया की रजिस्टरी लंगर की रजिस्टरी जिहड़ी कराई वो रजिस्टरी अज तक उहदा जिहड़ा आ फल गुरु की संगतां जिहड़ियां भोग रहीआं आ लंगर छक रहीआं सामने बजुर्ग साढ़े सीनियर ओ अपना दवा दारू छक रहे है ते इन्हां नाल गलबात करदे आ। बापू जी केड़ा एरिया अपना? मरिंडा चमकौर साहब। चमकौर साहब मरिंडा ब्लॉक चमकौर साहब एरिया सारा। ठीक है जी। ते पकौड़ियां दा लंगर किदण तो लग्गिया होया इत्थे? ए अज लाया जी। अज लाया बलमन आउंदे रोजे कदे खीर कदे पकौड़ा। अच्छा नवदा देनो के लगे नु संगत चली जांदी है। मोदी नु की स्नेहा देना नु कहना कहो? मोदी नु कहना स्नेहा भी तू अपना बेटा बरक बन के तैयार कर हो जा बैब बै के। ਬਾਪੂ ਜੀ ਤੁਸੀਂ ਮੋਦੀ ਨੂੰ ਕੀ ਕਹਿਣਾ ਚਾਹੁੰਦੇ ਆ? ਇਹਨੂੰ ਮਾੜਾ ਜਿਹਾ ਅਕਲ ਉਕਲ ਦੇਣ ਵਾਲੀਆਂ ਕੋਈ ਗੱਲਾਂ? ਅਕਲ ਵਾਲੀ ਦਾ ਗੱਲਾਂ ਆਏ ਆ ਵੀ ਉਹ ਸਮਝ ਆ ਵਧੀਆ ਗੱਲ ਆ। ਸਮਝ ਆ ਵਧੀਆ, ਇਹ ਕੰਮ ਔਖਾ ਫਸ ਗਿਆ। ਬਹੁਤ ਔਖਾ ਫਸ ਗਈ ਕੀ ਲਈ? ਸ਼ੇਰ ਦੇ ਮੂੰਹ 'ਚ ਹੱਥ ਪਾਉਣ ਵਾਲੀ ਗੱਲ ਹੋ ਗਈ। ਹਾਂ ਇਹ ਸਮਝ ਆ ਵਧੀਆ ਰਹੂਗਾ ਬਿਲਕੁਲ। ਨਹੀਂ ਫਿਰ ਸਿੰਘਾਂ ਨੇ ਛੱਡਿਆ ਤਾਂ ਕੁਛ ਹੋਇਓ ਨਹੀਂ, ਛੱਡਿਆ ਹੈ ਨਹੀਂ ਕੱਖ ਵੀ। ਡਰ ਕੇ ਹੀ ਮਰ ਜਾਣਾ ਬਲਮਾ ਤਾਂ ਉਹਨੇ ਹੁਣ। ਇਹ ਇੰਨੀ ਦੁਨੀਆ ਦੇਖ ਲਓ ਹਰੇਕ ਏਰੀਏ ਦੇ ਵਿੱਚ, ਸਾਰੇ ਹਿੰਦੁਸਤਾਨ ਦੀ ਦੁਨੀਆ ਹੈ ਬਿਲਕੁਲ। ਹੈ ਜੀ ਜਿਹੜਾ ਕਿਸਾਨ ਇੱਕ ਦੁਨੀਆ ਦਾ ਢਿੱਡ ਭਰਦਾ ਹੈ ਉਹਨਾਂ ਨੂੰ ਇਹ ਭੁੱਖੇ ਮਾਰਨ ਲੱਗ ਗਿਆ। ਭੁੱਖੇ ਮਾਰਨ ਲੱਗ ਗਿਆ ਪਰ ਭੁੱਖੇ ਸਾਡੇ ਇਹ ਬਾਬੇ ਨਾਨਕ ਦੇ ਵੀ ਆ ਤੇ ਜੇ ਨਹੀਂ ਭੁੱਖੇ ਮਰਨਾ ਹੈ ਉਹਨੂੰ ਆਪੇ ਸਮਝ ਚਾਹੀਦੀ ਆ ਬਿਲਕੁਲ। ਵੀ ਇਹ ਨਾ ਕੰਮ ਕਰੇ ਪੁੱਠਾ, ਜੇ ਹੋ ਗਿਆ ਕੋਈ ਗੱਲ ਨਹੀਂ, ਸਿੱਧੇ ਵੀ ਬੰਦਿਆਂ ਨੇ ਗਲਤੀ ਹੋ ਜੇ ਕਰਦੀ ਆ ਮੰਨਣੀ ਚਾਹੀਦੀ ਆ। ਸਹੀ ਗੱਲ ਹੈ ਜੀ। ਹੁਣ ਜੋ ਸੰਗਤ ਚਾਹੁੰਦੀ ਉਹਨੂੰ ਫੈਸਲਾ ਕਰਨਾ ਚਾਹੀਦਾ ਬਿਲਕੁਲ। ਜਿਹੜਾ ਬੰਦਾ ਸੰਗਤ ਦੀ ਨਹੀਂ ਮੰਨਦਾ ਉਹ ਫਿਰ ਬਹੁਤ ਔਖਾ ਹੁੰਦਾ। ਸਾਡੇ ਗੁਰੂਆਂ ਨੇ ਵੀ ਦਸਵੇਂ ਪਾਤਸ਼ਾਹ ਨੇ ਵੀ ਸੰਗਤ ਦਾ ਫੈਸਲਾ ਮੰਨਿਆ ਬਿਲਕੁਲ, ਵੀ ਜੋ ਸੰਗਤ ਨੇ ਫੈਸਲਾ ਕਰਤਾ ਵਧੀਆ ਵਧੀਆ। ਕੋਈ ਗੱਲ ਨਹੀਂ, ਅਸੀਂ ਹੁਣ ਵੀ ਆਏ ਨਹੀਂ ਕਹਿੰਦੇ ਵੀ ਉਹਨੇ ਮਾੜਾ ਕਰਤਾ, ਹੁਣੇ ਸਿਮਰ ਜਾ ਗੱਲ ਬਿਲਕੁਲ ਵੀ ਭਾਈ ਕੋਈ ਗੱਲ ਨਹੀਂ, ਜਿੱਕਣ ਲੋਕ ਕਹਿੰਦੇ ਔਖਾ ਕਰ ਲੈਂਦੇ ਆ ਗੱਲ ਤਾਂ ਪਬਲਿਕ ਦੀ ਆ, ਪਬਲਿਕ ਆ ਜਾਂਦੀ ਆ ਧੱਕੇ ਦੇ ਨਾਲ। ਕਿੱਦਾਂ ਥੋਕ ਧੱਕਾ ਤਾਂ ਬਹੁਤ ਮਾੜਾ ਹੁੰਦਾ ਹੈ ਬਿਲਕੁਲ। ਪਹਿਲਾਂ ਬਹੁਤ ਚਲੇ ਗਏ ਰੰਗ ਜੇ ਪਰ ਕੇ ਬਣ ਬਣ ਕੇ ਧੱਕਾ ਕਰਕੇ, ਸੱਚੀ ਗੱਲ ਹੈ ਜੀ ਸਹੀ ਗੱਲ। ਹੁਣ ਉਹ ਕੰਮ ਖਰਾਬ ਹੋ ਜਾਊਗਾ, ਔਖਾ ਹੋ ਜਾਊਗਾ, ਸੰਭਾਲਣੀ ਹੋਣੀ ਦੁਨੀਆ। ਆਹ ਦੇਖ ਲਓ ਕਿਵੇਂ ਸਾਰੀ ਦੁਨੀਆ ਤੋੜ ਕੇ ਆ ਗਏ, ਤੋੜਨ ਨੂੰ ਆ ਵੀ ਤੋੜ ਕੇ ਇਹ ਤਾਂ ਗੱਲ ਕੁਛ ਵੀ ਨਹੀਂ ਤੋੜਨ ਨੂੰ। ਹਾਂ ਪਰ ਦੁਨੀਆ ਮਰ ਜਾਊਗੀ, ਮਰ ਜਾਊਗੀ, ਕੁਰਬਾਨੀਆਂ ਦੇਣ ਨੂੰ ਖੜੇ ਆ ਲੋਕ, ਖੜੇ ਆ ਬੱਚੇ ਨਾ ਗਲਤੀ ਕਰਨ ਹੁਣ ਬਾਰ ਬਾਰ। ਸੱਚੀ ਗੱਲ ਆ, ਜੋ ਦੁਨੀਆ ਕਹਿੰਦੀ ਉਹ ਕਰ ਦੇਣ ਕਰ ਦੇਣ ਹੈ ਜੀ ਬਿਲਕੁਲ ਬਿਲਕੁਲ। ਬਾਪੂ ਜੀ ਤੁਸੀਂ ਕੀ ਕਹਿੰਦੇ ਸੀਗੇ ਪੱਲੇ ਗਲ ਵਿੱਚ ਪੱਲਾ ਪਾ ਕੇ ਤੁਸੀਂ ਕਹਿੰਦੇ ਸੀ ਮੋਦੀ? ਮੈਂ ਕਿਹਾ ਜੇ ਉਹ ਸਮਝਦਾਰ ਹੋਵੇ ਗਲ ਵਿੱਚ ਪੱਲਾ ਪਾ ਕੇ ਮਾਫੀ ਮੰਗੇ ਸੰਗਤ ਤੇ ਬਿਲਕੁਲ ਬਿਲਕੁਲ, ਵੀ ਮੇਰੇ ਤੇ ਗਲਤੀ ਹੋ ਗਈ ਮੈਂ ਇਹਨੂੰ ਵਾਪਸ ਲੈਣਾ ਬਿਲਕੁਲ। ਜਿਹੜੀ ਸੰਗਤ ਹੱਲੇ ਤੱਕ ਆਪਣੇ ਆਪਣੇ ਘਰਾਂ ਚੋਂ ਨਿਕਲੀ ਨਹੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ? ਆ ਰਹੇ ਆ ਉਹ ਵੀ ਨਿਕਲ ਰਹੀ ਆ ਹੁਣ, ਨਹੀਂ ਉਹਨਾਂ ਨੂੰ ਕਹਿਣਾ ਕੀ ਚਾਹੁੰਦੇ ਆ ਵੀ ਆਓ ਲੋੜ ਹੈ ਕੌਮ? ਹਾਂ 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 ਬਿਲਕੁਲ, ਕਹਿੰਦਾ ਇਹ ਸੁਨੇਹਾ ਜ਼ਰੂਰ ਦਿਓ ਆਪਣੇ ਦਿੰਦੇ ਆ ਜੀ, ਕਿਉਂਕਿ ਤੁਸੀਂ ਸਾਡੇ ਆ ਰਹੀ ਹੈ ਸੰਗਤ ਕਹਿੰਦੇ ਨਾ ਆ ਜਾਓ ਸਾਨੂੰ ਵੀ ਲੈ ਜਾਓ ਬਿਲਕੁਲ, ਹੈਨਾ ਤੁਸੀਂ ਵੀ ਸੁਨੇਹਾ ਦੇ ਦਿਓ ਜਿਹੜੀ ਸੰਗਤ। ਹਾਂਜੀ 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 ਸੰਗਤਾਂ ਪੂਰੀਆਂ ਉਤਸ਼ਾਹ ਨਾਲ ਹੌਸਲੇ ਨਾਲ ਆ ਰਹੀਆਂ। ਹਾਂ ਨਹੀਂ ਜਿਹੜੇ ਨਹੀਂ ਆਏ ਜਿਨ੍ਹਾਂ ਦਾ ਉਹ ਵੀ ਆਉਣ ਨੂੰ ਤਿਆਰ ਹੈ, ਸਾਡੇ ਆ ਰਹੇ ਟੈਲੀਫੋਨ ਆ ਰਹੇ ਆ ਦੁਆਬੇ ਏਰੀਏ ਦੇ ਵਿੱਚੋਂ, ਸਾਡੇ ਏਰੀਏ ਦੇ ਵਿੱਚੋਂ ਥੋੜਾ ਘੱਟ ਆ, ਉਹਨਾਂ ਨੂੰ ਮਾੜਾ ਜਿਹਾ ਫਟਕਾਰ ਪਾ ਦਿਓ ਕਿਉਂਕਿ ਮੈਂ ਤਾਂ ਰਾਤ ਦਾ ਹੀ ਉਹਨਾਂ ਨੂੰ। ਚਲੋ ਹੁਣ ਫਟਕਾਰਾ ਕਿਸੇ ਨੂੰ ਨਹੀਂ ਪਾਉਣੇ ਚਾਹੀਦੀਆਂ, ਨਹੀਂ ਉਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਵੀ ਦੇਖੋ ਸੰਗਤ ਕਿੱਥੇ ਤੱਕ ਪਹੁੰਚੇ, ਜੇ ਆਪਾਂ ਫਟਕਾਰਾ ਦੇਵਾਂਗੇ ਤਾਂ ਮਾੜੀ ਗੱਲ ਨਹੀਂ। ਇਹ ਮੇਰੇ ਮੈਂ ਖਾਸ ਕਰਕੇ ਆਪਣੇ, ਠੀਕ ਹੈ ਤੁਸੀਂ ਆਪਣੇ ਏਰੀਆ ਦੀ ਗੱਲ ਕਰਦੇ ਆਪਣੇ ਏਰੀਆ ਦੀ ਕਰਦੇ, ਸਾਡੇ ਏਰੀਆ ਜੋ ਮੈਨੂੰ ਇੱਥੇ ਤਿੰਨ ਬੰਦੇ ਦੱਸੇ ਆ ਸਾਰੇ, ਉਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਬਿਲਕੁਲ।
अपने भाई हैं फिर भी चलो कोई गल दे रहा है दुरुस्त है ये दो दिन बाद आ गए तो भी कोई बड़ी गल नहीं। सो देख लो संसार पहुंचा हुआ बिल्कुल। सो देख लो साडे किसान वीरां दा साडे बजुर्गां दा हले भी मन च कोई इदां दा शिकवा नहीं हैगा किसी दे नाल कोई रोस नहीं हैगा कि जे तुसीं नहीं आए पर किते ना किते दिल दे विच इह गल्लां जरूर हुंदियां कि भाई सारे इकट्ठे होके हंबड़ा मारीए हंबड़ा मार के जिहड़ा ये जिहड़ी जंग आ जित्ती जाणी आ। सो वीरां नाल गल कीती साडे बजुर्गां नाल गलबात कीती सो बहुत ही इत्थे जहो जलाल जिहड़े आ मतलब वक्खरा रंग दुनिया का वक्खरा रंग जिहड़ा देखण नूं मिलदा किते ना किते शायद सेंटर सरकार सोचती होगी कि ये तो भुखे रहणगे एक इहनां दा किवें सरू इधरले पासे नौजवान वीर मिर्चां कट रहे आ देखो सेवा चल रही है बड़ी कृपा। सो ये उत्साह आ सारे नौजवानों च कि सेवा करनी है नाल दी नाल गुरु का नाम भी जपना सेवा भी करनी है ते जड़ियां संगतां हले तक नहीं पहुंचियां उन्हां नूं सुनेह भी है प्यार दे नाल क्योंकि कोई मेरा वीर गुस्सा ना करे दुआबे एरिए दा कोई वीर मेरा गुस्सा ना करे क्योंकि मेरा जिहड़ा कहना सिर्फ तां सिर्फ साडे एरिए दे लोकां नूं आ साडे एरिए दे विचों बहुत घट पद्धर ते इत्थे गुरु की संगत पहुंची आ उहनां नूं मैं बेनतियां करूँगा कि भाई समय चों समां कढ के इत्थे जरूर इस धरने विच शमूलियत दो और आए हुए जिहड़े पतवंते ने आए हुए मोहतवार ने उन्हां दियां गल्लां आपां जरूर सरवण करनियां ने। सो बहुत बहुत धन्नवाद जिहड़े दोस्त वीडियो दे नाल जुड़े मैं रिक्वेस्ट करूँगा कि वध तो वध इस वीडियो नूं शेयर कीता जावे तां जो जिहड़ा मीडिया कुछ मीडिया साडा साथ दे रहा कुछ मीडिया साडा साथ नहीं दे रहा किते ना किते ये भी एक कह लो कि वड्डी त्रासदी आ साडी कि मीडिया जिहड़ा आ उह किते ना किते सेंटर सरकार दियां गल्लां करदा मैं बेनती करा कि वध तो वध संगतां इत्थे पहुँचो किसानां दा साथ दिओ मोढ़े नाल मोढ़ा ला के आए हुए जिहड़े बुलारे आ उहनां दे विचार सुणो और बहुत ही वड्डे लैवल ते जिहड़ियां जथेबंदियां आ उहनां दे वड्डे उपराले आ बड़ी सूझबूझ दे नाल इह सारा लंगर की इत्थे दा पूरा सिस्टम जिहड़ा आ उह चला रहे आ। सो सारिआं दा जिन्नीआं वी जथेबंदियां उहनां सारिआं दा मैं दिल तों धन्नवाद करदा। सो तुहानूं सारिआं नूं बार बार इही बेनती आ कि वध तों वध संगतां नूं लै के तुसीं इत्थे पहुँचो। सो पिछे मेरे चल रिहा पकौड़िआं दा लंगर सो बड़ी ही चढ़दी कला दे नाल गुरु महाराज दी कृपा दे नाल इह लंगर जिहड़ा आ चल रिहा। सो बहुत बहुत धन्नवाद इहनां वीरां दा वी जिहड़े इत्थे पूरा तन मन ते तन दे नाल सेवा कर रहे।